ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਪੇ ਗੁਰਚੇਲਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਆਰੰਭ ਹੋ ਕੇ ਰਾਹ ਦੇ ਵਿੱਚ ਪੜਾਅ ਕਰਦੇ ਹੋਏ ਅੱਜ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਤਕਰੀਬਨ 1 ਵਜੇ ਦੇ ਕਰੀਬ ਪਹੁੰਚ ਚੁੱਕੀ ਹੈ। ਪਾਵਨ ਪਵਿੱਤਰ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਵਾਸਤੇ ਸੰਗਤਾਂ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਹੀਆਂ ਸੀ। ਸੰਗਤਾਂ ਦੇ ਵੱਲੋਂ ਲੰਗਰ ਦੇ ਖਾਸ ਪ੍ਰਬੰਧ ਵੀ ਕੀਤੇ ਗਏ ਸੀ। ਕੁਲਦੀਪ ਸਿੰਘ ਜਾਤੀਵਾਲ ਜੀ, ਇਹ ਨਗਰ ਕੀਰਤਨ ਜੀ ਆਨੰਦਪੁਰ ਸਾਹਿਬ ਤੋਂ ਕੱਲ੍ਹ 10 ਤਰੀਕ ਨੂੰ ਸ਼ੁਰੂ ਹੋਇਆ ਸੀ, ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਔਖੇ ਵੇਲੇ ਦੇ ਵਿੱਚ ਜਦੋਂ ਪਰਿਵਾਰ ਉੱਥੋਂ ਆਪਣੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਨੇ, ਉਸੇ ਰਸਤੇ ਦੇ ਉੱਤੇ ਜਿਹਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਹੈ, ਉਸ ਰਸਤੇ ਦੇ ਉੱਤੇ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ, ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ, ਖਟਾਣਾ ਸਾਹਿਬ, ਇਹ 16 ਤਰੀਕ ਤੱਕ ਤਲਵੰਡੀ ਸਾਹਿਬੋਂ ਪਹੁੰਚਣਾ। ਉਹਦੇ ਸੰਬੰਧ ਦੇ ਵਿੱਚ ਇਹ ਸੰਗਤਾਂ ਜਿਹੜੀਆਂ ਉਸ ਕੀ ਨਗਰ ਕੀਰਤਨ ਨੂੰ ਬੜੀਆਂ ਉਤਸ਼ਾਹ ਨਾਲ ਉਡੀਕ ਰਹੀਆਂ ਨੇ। ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਹ ਧਾਰਮਿਕ ਪ੍ਰੋਗਰਾਮ ਜਿਹੜੇ ਕਰਾਏ ਜਾਂਦੇ ਹਨ, ਔਰ ਸ਼੍ਰੋਮਣੀ ਕਮੇਟੀ ਦਾ ਬੜਾ ਧੰਨਵਾਦ ਵੀ ਕਰਦੇ ਹਾਂ ਇਸ ਗੱਲ ਨਾਲ ਕਿ ਉਹ ਆਉਣ ਵਾਲੇ ਜਿਹੜੇ ਸਾਡੀ ਪਨੀਰੀ ਆ ਬੱਚੇ ਨੇ ਉਹਨਾਂ ਨੂੰ ਇਸ ਧਾਰਮਿਕ ਕਿੱਤੇ ਦੇ ਨਾਲ ਧਾਰਮਿਕ ਗੁਰੂਆਂ ਨਾਲ ਜੋੜਿਆ ਜਾਵੇ, ਅਤੇ ਸ਼੍ਰੋਮਣੀ ਕਮੇਟੀ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਅੱਗੇ ਵੀ ਆਸ ਰੱਖਦੇ ਹਾਂ ਕਿ ਸੱਚੇ ਪਾਤਸ਼ਾਹ ਮਿਹਰ ਕਰੇ, ਸਾਡੀ ਕੌਮ ਦੀ ਚੜ੍ਹਦੀ ਕਲਾ ਰੱਖੇ, ਸਰਬੱਤ ਦਾ ਭਲਾ ਕਰੇ। ਇੱਕ ਤੋਂ 1:30 ਵਜੇ ਉਮੀਦ ਹੈ ਜੀ ਪਹੁੰਚਣ ਦੀ, ਸੰਗਤਾਂ ਸਵੇਰ ਤੋਂ ਵੇਟ ਕਰ ਰਹੀਆਂ ਨੇ, ਅਤੇ ਉਮੀਦ ਆ ਕਿ 1 ਤੋਂ 1:30 ਵਜੇ ਵਿੱਚ ਪਹੁੰਚ ਜਾਏਗਾ ਜੀ। ਕੀ ਨਾਮ ਬਾਬਾ ਜੀ? ਮੋਹਨ ਸਿੰਘ। ਮੋਹਨ ਸਿੰਘ ਜੀ, ਜਿਹੜਾ ਨਗਰ ਕੀਰਤਨ ਆ ਰਿਹਾ ਅਤੇ ਤੁਸੀਂ ਕੱਲ੍ਹ ਦੇ ਉਰੇ ਖੜੇ ਹੋ? ਅਸੀਂ ਕੱਲ੍ਹ ਦੀਆਂ ਤਿਆਰੀਆਂ ਕਰ ਰਹੇ ਹਾਂ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 5 ਪਿਆਰਿਆਂ ਦੀ ਜੋਗ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਿਸ਼ਾਨੀਆਂ ਲੈ ਕੇ ਆ ਰਿਹਾ ਹੈ। ਉਹ ਰਾਤ ਉਹਨਾਂ ਨੇ ਚਮਕੌਰ ਸਾਹਿਬ ਵਿਸ਼ਰਾਮ ਕੀਤਾ ਅਤੇ ਸਵੇਰੇ ਚਮਕੌਰ ਸਾਹਿਬ ਤੋਂ ਨਗਰ ਆਰੰਭ ਹੋ ਗਿਆ, ਝਾੜ ਸਾਹਿਬ ਤੋਂ ਹੁੰਦੇ ਹੋਏ ਇਸ ਪਾਵਨ ਅਸਥਾਨ 'ਤੇ ਨਗਰ ਕੀਰਤਨ ਨੇ ਪਹੁੰਚਣਾ ਹੈ। ਸੰਗਤਾਂ 'ਚ ਬੜਾ ਉਤਸ਼ਾਹ ਹੈ, ਰਾਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਨਗਰ ਕੀਰਤਨ ਲਈ ਚਾਹ ਅਤੇ ਮਿਠਾਈ ਦੇ ਲੰਗਰ ਦੀ ਤਿਆਰੀ ਹੋ ਰਹੀ ਹੈ। ਬੜੇ ਉਤਸ਼ਾਹ ਨਾਲ ਇੱਥੇ ਤਿਆਰੀ ਕੀਤੀ ਗਈ ਹੈ, ਬੜੇ ਝੰਡੇ ਲਾਏ ਹਨ, ਸੰਗਤਾਂ ਬੜੀਆਂ ਦੂਰ ਤੱਕ ਖੜ੍ਹੀਆਂ ਹਨ, ਕਲੀ ਪਾਈ ਗਈ ਹੈ ਅਤੇ ਸੰਗਤਾਂ ਤਿਆਰੀ ਦੇ ਲਈ 12 ਵਜੇ ਤਕਰੀਬਨ 12:30 ਇੱਥੇ ਨਗਰ ਕੀਰਤਨ ਨੇ ਪਹੁੰਚ ਜਾਣਾ ਹੈ। ਸੰਗਤਾਂ ਦਾ ਵਿਸ਼ਾਲ ਇਕੱਠ ਇੱਥੇ ਹੋ ਜਾਣਾ ਹੈ ਅਤੇ ਸੰਗਤਾਂ ਦੇ ਲਈ ਚਾਹ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 5 ਪਿਆਰਿਆਂ ਦੀ ਵਿਸ਼ੇਸ਼ ਸੇਵਾ ਕੀਤੀ ਜਾਵੇਗੀ। ਸੋਭੇ ਦੇ ਕੇ ਵਿਸ਼ਾਲ ਨਗਰ ਕੀਰਤਨ ਦੀ ਸਮਾਪਤੀ ਕੀਤੀ ਜਾਣੀ ਹੈ, ਜੋ ਕਿ ਨਗਰ ਕੀਰਤਨ ਅੱਗੇ ਆਲਮਗੀਰ ਸਾਹਿਬ ਤੱਕ ਦਵਾਨਾ ਹੋਣਾ ਹੈ। ਸਮਾਪਤੀ ਕਿੱਥੇ ਹੋਣੀ ਹੈ? ਇਸ ਨਗਰ ਕੀਰਤਨ ਦੇ ਪੜਾਅ ਵਾਰ ਚੱਲਦੇ ਆਲਮਗੀਰ, ਫਿਰ ਮਾਝੇਆਣਾ ਸਾਹਿਬ, ਟਾਹਲੀਆਣਾ ਅਤੇ ਦੀਨਾ ਕਾਂਗੜ ਤੋਂ ਹੁੰਦਾ ਹੈ ਦਮਦਮਾ ਸਾਹਿਬ ਵਿਖੇ ਇਸ ਵਿਸ਼ਾਲ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ। ਇਹ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਉਹ ਸੱਚੇ ਪਾਤਸ਼ਾਹ ਸਾਨੂੰ ਯਾਦ ਨੂੰ ਤਾਜ਼ਾ ਕਰਦੇ ਹਨ। ਇਹ ਨਗਰ ਕੀਰਤਨ ਆਰੰਭ ਹੋਇਆ ਹੈ ਅਤੇ ਦਮਦਮਾ ਸਾਹਿਬ ਤਖ਼ਤ ਸਾਹਿਬ ਵਿਖੇ ਇਸ ਦੀ ਸਮਾਪਤੀ ਕੀਤੀ ਜਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਛੀਵਾੜਾ ਸਾਹਿਬ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ, ਵਲ ਪੰਜਾਬੀ ਟੀਵੀ।